ਤੇ ਮੌਸਮੀ ਬਾਰਿਸ਼ ਤੇ ਗੜੇਮਾਰੀ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਨਾਲ ਪੰਜਾਬ ਦੇ ਵਿੱਚ ਫਸਲਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਗਿਆ ਇਧਰ ਤੁਸੀਂ ਦੇਖੋ ਕਣਕਾਂ ਸਾਰੀਆਂ ਹੀ ਥੱਲੇ ਵੇਸ਼ੀਆਂ ਨੇ ਕਈਆਂ ਥਾਵਾਂ ਤੇ ਦੁਬਾਰਾ ਉਂਗਰ ਵੀ ਪਏ ਨੇ ਦਾਣੇ ਜਿਹੜੇ ਨੇ ਬਹੁਤੀਆਂ ਕਾਲੀਆਂ ਹੋ ਗਈਆਂ ਨੇ ਦਾਣੇ ਬਿਲਕੁਲ ਜਿਹੜੇ ਇਹਦੇ ਖਤਮ ਹੋ ਗਏ ਨੇ ਕਾਲੇ ਪੈ ਗਏ ਨੇ ਸੋ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਸਪੈਸ਼ਲ ਗਿਰਦਾਵਰੀ ਦੇ ਜਿਹੜੇ ਹੁਕਮ ਨੇ ਉਹ ਪੰਜਾਬ ਦੇ ਵਿੱਚ ਦੇ ਦਿੱਤੇ ਨੇ ਔਰ ਜਿੰਨਾ ਵੀ ਨੁਕਸਾਨ ਹੋਇਆ ਚਾਹੇ ਉਹ ਕਣਕਾਂ ਚਾਹੇ ਸਬਜ਼ੀਆਂ ਨੇ ਚਾਹੇ ਗਰੀਬ ਪਰਿਵਾਰਾਂ ਦੇ ਮਕਾਨ ਵੀ ਡਿੱਗੇ ਨੇ ਅਸੀਂ ਸਾਰੀ ਗਿਰਦਾਵਰੀ ਜਿਹੜੀ ਆ ਉਹ ਬਹੁਤ ਜਲਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਆ ਅੱਜ ਅਸੀਂ ਸਾਰੇ ਹੀ ਆਪਣੇ ਪਤਵੰਤੇ ਸੱਜਣ ਜਿਹੜੇ ਜੰਡਿਆਲਾ ਹਲਕੇ ਦੇ ਮੋਹਤਬਰ ਨੇ ਉਹਨਾਂ ਦੇ ਨਾਲ ਅਸੀਂ ਵੱਖ ਵੱਖ ਪੈਲੀਆਂ ਦਾ ਖੇਤਾਂ ਦਾ ਦੌਰਾ ਜਿਹੜਾ ਉਹ ਕੀਤਾ ਔਰ ਜਾਇਜ਼ਾ ਲੈ ਰਹੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਸਾਡੇ ਨਾਲ ਰੈਵੀਨਿਊ ਵਿਭਾਗ ਤੋਂ ਤਹਿਸੀਲਦਾਰ ਸਾਹਿਬ ਜਿਹੜੇ ਖੇਤੀਬਾੜੀ ਵਿਭਾਗ ਤੋਂ ਮੁੱਖ ਖੇਤੀਬਾੜੀ ਅਫਸਰ ਹੋਰ ਵੀ ਅਧਿਕਾਰੀ ਸਾਹਿਬਾਨ ਮੌਜੂਦ ਨੇ ਇਸ ਤੋਂ ਇਲਾਵਾ ਜਿਹੜੇ ਕਾਸ਼ਤਕਾਰ ਨੇ ਨਾ ਅਸਲੀ ਕਈ ਜ਼ਮੀਨਾਂ ਕਈ ਕਿਸਾਨ ਭਰਾਵਾਂ ਨੇ ਠੇਕੇ 'ਤੇ ਦਿੱਤੀਆਂ ਨੇ ਅਤੇ ਉਹ ਕਾਸ਼ਤਕਾਰ ਨੂੰ ਪੈਸੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਸਬਜ਼ੀਆਂ ਦਾ ਜੋ ਨੁਕਸਾਨ ਹੋਇਆ ਉਹਦਾ ਵੀ ਅਨੁਮਾਨ ਲਗਾਇਆ ਕਿ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਊਗਾ ਪਲੱਸ ਜਿਹੜੇ ਘਰ ਵੀ ਕੁਝ ਡਿੱਗੇ ਨੇ ਕਾਫੀ ਜਿਹੜੀ ਇਹ ਬੇਮੌਸਮੀ ਬਾਰਿਸ਼ ਹੋਈ ਹੈ ਨਾ ਗੜੇਮਾਰੀ ਹੋਈ ਆ ਇਹਦੇ ਨਾਲ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਔਰ ਉਹ ਘਰਾਂ ਵਾਸਤੇ ਵੀ ਜਿਹੜਾ ਉਹਦੀ ਵੀ ਅਸੀਂ ਲੈ ਰਹੇ ਹਾਂ ਜੋ ਵੀ ਡਿਟੇਲ ਆ ਔਰ ਗਿਰਦਾਵਰੀ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਹੁਕਮ ਜਾਰੀ ਕਰ ਦਿੱਤੇ ਨੇ ਗਿਰਦਾਵਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਬਹੁਤ ਜਲਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਜੋ ਬਣਦਾ ਮੁਆਵਜ਼ਾ ਆ ਉਹ ਜਿਹਦਾ ਜਿਹਦਾ ਵੀ ਜਿੰਨਾ ਨੁਕਸਾਨ ਹੋਇਆ ਉਹਨੂੰ ਦੇ ਦਿੱਤਾ ਅਤੇ ਮੌਸਮੀ ਬਾਰਿਸ਼ ਤੇ ਗੜੇਮਾਰੀ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਨਾਲ ਪੰਜਾਬ ਦੇ ਵਿੱਚ ਫਸਲਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਗਿਆ ਇੱਧਰ ਤੁਸੀਂ ਦੇਖੋ ਕਣਕਾਂ ਸਾਰੀਆਂ ਹੀ ਥੱਲੇ ਵੇਸ਼ੀਆਂ ਨੇ ਕਈਆਂ ਥਾਵਾਂ 'ਤੇ ਦੁਬਾਰਾ ਉਂਗਰ ਵੀ ਪਏ ਨੇ ਦਾਣੇ ਜਿਹੜੇ ਨੇ ਬਹੁਤੀਆਂ ਕਾਲੀਆਂ ਹੋ ਗਈਆਂ ਨੇ ਦਾਣੇ ਬਿਲਕੁਲ ਜਿਹੜੇ ਇਹਦੇ ਖਤਮ ਹੋ ਗਏ ਨੇ ਕਾਲੇ ਪੈ ਗਏ ਨੇ ਸੋ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਸਪੈਸ਼ਲ ਗਿਰਦਾਵਰੀ ਦੇ ਜਿਹੜੇ ਹੁਕਮ ਨੇ ਉਹ ਪੰਜਾਬ ਦੇ ਵਿੱਚ ਦੇ ਦਿੱਤੇ ਨੇ ਔਰ ਜਿੰਨਾ ਵੀ ਨੁਕਸਾਨ ਹੋਇਆ ਚਾਹੇ ਉਹ ਕਣਕਾਂ ਚਾਹੇ ਸਬਜ਼ੀਆਂ ਨੇ ਚਾਹੇ ਗਰੀਬ ਪਰਿਵਾਰਾਂ ਦੇ ਮਕਾਨ ਵੀ ਡਿੱਗੇ ਨੇ ਅਸੀਂ ਸਾਰੀ ਗਿਰਦਾਵਰੀ ਜਿਹੜੀ ਆ ਉਹ ਬਹੁਤ ਜਲਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਆ ਅੱਜ ਅਸੀਂ ਸਾਰੇ ਹੀ ਆਪਣੇ ਪਤਵੰਤੇ ਸੱਜਣ ਜਿਹੜੇ ਜੰਡਿਆਲਾ ਹਲਕੇ ਦੇ ਮੋਹਤਬਰ ਨੇ ਉਹਨਾਂ ਦੇ ਨਾਲ ਅਸੀਂ ਵੱਖ ਵੱਖ ਪੈਲੀਆਂ ਦਾ ਖੇਤਾਂ ਦਾ ਦੌਰਾ ਜਿਹੜਾ ਉਹ ਕੀਤਾ ਔਰ ਜਾਇਜ਼ਾ ਲੈ ਰਹੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਸਾਡੇ ਨਾਲ ਰੈਵੀਨਿਊ ਵਿਭਾਗ ਤੋਂ ਤਹਿਸੀਲਦਾਰ ਸਾਹਿਬ ਜਿਹੜੇ ਖੇਤੀਬਾੜੀ ਵਿਭਾਗ ਤੋਂ ਮੁੱਖ ਖੇਤੀਬਾੜੀ ਅਫਸਰ ਹੋਰ ਵੀ ਅਧਿਕਾਰੀ ਸਾਹਿਬਾਨ ਮੌਜੂਦ ਨੇ ਇਸ ਤੋਂ ਇਲਾਵਾ ਜਿਹੜੇ ਕਾਸ਼ਤਕਾਰ ਨੇ ਨਾ ਅਸਲੀ ਕਈ ਜ਼ਮੀਨਾਂ ਕਈ ਕਿਸਾਨ ਭਰਾਵਾਂ ਨੇ ਠੇਕੇ 'ਤੇ ਦਿੱਤੀਆਂ ਨੇ ਅਤੇ ਉਹ ਕਾਸ਼ਤਕਾਰ ਨੂੰ ਪੈਸੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਸਬਜ਼ੀਆਂ ਦਾ ਜੋ ਨੁਕਸਾਨ ਹੋਇਆ ਉਹਦਾ ਵੀ ਅਨੁਮਾਨ ਲਗਾਇਆ ਕਿ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਊਗਾ ਪਲੱਸ ਜਿਹੜੇ ਘਰ ਵੀ ਕੁਝ ਡਿੱਗੇ ਨੇ ਕਾਫੀ ਜਿਹੜੀ ਇਹ ਬੇਮੌਸਮੀ ਬਾਰਿਸ਼ ਹੋਈ ਆ ਨਾ ਗੜੇਮਾਰੀ ਹੋਈ ਆ ਇਹਦੇ ਨਾਲ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਔਰ ਉਹ ਘਰਾਂ ਵਾਸਤੇ ਵੀ ਜਿਹੜਾ ਉਹਦੀ ਵੀ ਅਸੀਂ ਲੈ ਰਹੇ ਹਾਂ ਜੋ ਵੀ ਡਿਟੇਲ ਆ ਔਰ ਗਿਰਦਾਵਰੀ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਹੁਕਮ ਜਾਰੀ ਕਰ ਦਿੱਤੇ ਨੇ ਗਿਰਦਾਵਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਬਹੁਤ ਜਲਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਜੋ ਬਣਦਾ ਮੁਆਵਜ਼ਾ ਆ ਉਹ ਜਿਹਦਾ ਜਿਹਦਾ ਵੀ ਜਿੰਨਾ ਨੁਕਸਾਨ ਹੋਇਆ ਉਹਨੂੰ ਦੇ ਦਿੱਤਾ।